Hey guys, subscribe and press the bell icon to never miss a video from Gabru. अपनी फिल्म द ब्लैक प्रिंस दे नाल पंजाबी सिनेमा इंडस्ट्री नू इंटरनेशनल प्लेटफॉर्म ते बड़ी ही चंगी तरह रिप्रेजेंट कीता सी पंजाबी सिनेमा इंडस्ट्री दे फेमस डायरेक्टर कविराज जी ने। ते हुण द ब्लैक प्रिंस तो बाद कविराज जी जल्द ही अपने फैंस दे लई अपनी नवी फिल्म लेके आ रहे ने, जिसका टाइटल है सराबा क्राई फॉर फ्रीडम। ए फिल्म बेस्ड है गदर मूवमेंट ते, एदे नाल ही ए फिल्म बेस्ड है फ्रीडम फाइटर करतार सिंह सराबा दी लाइफ स्टोरी ते। ते आज असी इस फिल्म दे नाल रिलेटेड एक इंटरेस्टिंग एंड इंपॉर्टेंट अपडेट थोड़े लिए लेके आए हाँ। ते वो ए है कि हाल ही जो सराबा क्राई फॉर फ्रीडम मूवी दा सेकंड स्केड्यूल दा शूट शुरू हो चुकिया है सरी ब्रिटिश कोलंबिया दे विच। ते असी थोड़े लिए लेके आए हाँ इस फिल्म दे शूट तो थोड़े लिए कुछ इंटरेस्टिंग पिक्चर्स। हैव अ लुक। ਤੇ ਹੁਣ ਜੇ ਅਸੀਂ ਗੱਲ ਕਰੀਏ ਇਸ ਫਿਲਮ ਦੀ ਸਟਾਰਕਾਸਟ ਦੀ, ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਫਿਲਮ ਦੇ ਵਿੱਚ ਤੁਹਾਨੂੰ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ ਐਕਟਰ ਜਪਤੇਜ ਸਿੰਘ, ਜੋ ਕਿ ਹੁਣ ਤੱਕ ਸਾਨੂੰ ਭਾਗ ਮਿਲਖਾ ਭਾਗ ਅਤੇ ਸਨ ਆਫ ਮਨਜੀਤ ਸਿੰਘ ਜਿਹੀ ਮੂਵੀਜ਼ ਦੇ ਵਿੱਚ ਆਪਣੀ ਐਕਟਿੰਗ ਦੇ ਨਾਲ ਸਾਨੂੰ ਇੰਪ੍ਰੈਸ ਕਰ ਚੁੱਕੇ ਨੇ। ਇਹਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਪਤੇਜ ਸਿੰਘ ਦੇ ਨਾਲ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਬਾਲੀਵੁੱਡ ਇੰਡਸਟਰੀ ਦੇ ਟੈਲੈਂਟਡ ਐਕਟਰਸ ਜੋਬਨਪ੍ਰੀਤ ਸਿੰਘ ਐਂਡ ਮੁਕੁਲ ਦੇਵ। ਤੇ ਹੁਣ ਜੇ ਅਸੀਂ ਗੱਲ ਕਰੀਏ ਇਸ ਫਿਲਮ ਦੀ ਪ੍ਰੋਡਿਊਸਰਸ ਦੇ ਬਾਰੇ, ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਕੁਲਦੀਪ ਸ਼ਰਮਾ, ਸਰਬਜੀਤ ਹੁੰਦਲ ਐਂਡ ਜਤਿੰਦਰ ਜੈ ਮਿਨਹਾਸ। ਕਵੀਰਾਜ ਜੀ ਨੇ ਹੁਣ ਤੱਕ ਸਾਨੂੰ ਬੜੀ ਹੀ ਇੰਟਰਸਟਿੰਗ ਐਂਡ ਹਿਸਟੋਰੀਕਲ ਸਟੋਰੀਜ਼ ਦੇ ਨਾਲ ਰੂਬਰੂ ਕਰਵਾਇਆ ਹੈ, ਤੇ ਹੁਣ ਅਸੀਂ ਉਹਨਾਂ ਦੀ ਇਸ ਮੂਵੀ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ, ਜੋ ਕਿ ਇਸੇ ਹੀ ਸਾਲ 17 ਮਈ 2019 ਨੂੰ ਰਿਲੀਜ਼ ਹੋਵੇਗੀ। ਹੁਣ ਇਹ ਸਭ ਕੁਝ ਸੁਣਨ ਤੋਂ ਬਾਅਦ ਤੁਸੀਂ ਸਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੇ ਐਕਸਾਈਟਡ ਹੋ ਸਰਾਬਾ ਕ੍ਰਾਈ ਆਫ ਫ੍ਰੀਡਮ ਨੂੰ ਦੇਖਣ ਦੇ ਲਈ। ਤੇ ਹੁਣ ਇਹ ਸਭ ਸੁਣਦੇ ਹੋਏ ਅਸੀਂ ਵੀ gabru.com ਦੀ ਪੂਰੀ ਟੀਮ ਵੱਲੋਂ ਸਰਾਬਾ ਮੂਵੀ ਦੀ ਐਂਟਾਇਰ ਸਟਾਰਕਾਸਟ ਨੂੰ ਗੁੱਡ ਲੱਕ ਵਿਸ਼ ਕਰਦੇ ਹਾਂ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਅਪਡੇਟਸ ਨੂੰ ਜਾਣਨ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫਾਰ ਨੋਟੀਫਿਕੇਸ਼ਨਸ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ gabru ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ gabru ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ gabru ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।